ਸਕੋਰ ਦੇਖ ਲਓ ਕੱਖ ਨਹੀਂ ਹੈਗਾ ਜਮਾ ਹੀ ਨਹੀਂ ਦੇਖ ਲਓ ਹਨਾ ਜਾਨੀ ਅਸੀਂ ਇੱਕ ਨਾ ਸਪਰੇ ਕਰ ਦੇਣੀ ਪੰਜ ਸੱਤ ਦਿਨ ਜਿਹੜਾ ਮਾੜਾ ਮੋਟਾ ਹੋਊਗਾ ਵਿੱਚੇ ਜਾ ਤੇ ਨੋਮਨੀ ਗੋਲਡ ਹਾਂਜੀ ਹਾਂਜੀ ਨੋਮਨੀ ਗੋਲਡ ਦੀ ਸਪਰੇ ਕਰ ਦੇਣੀ ਸਹੀ ਗੱਲ ਲਓ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰਾ ਯੂਟਿਊਬ ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀਆਂ ਕਮਾਈਆਂ 'ਚ ਹੋਵੇ ਜੀ ਬਰਕਤਾਂ ਅਤੇ ਨਾਲ ਦੀ ਨਾਲ ਇੱਕ ਹੋਰ ਰਿਕੁਐਸਟ ਹੈ ਜੀ ਜਿਹਨੇ ਵੀ ਮੇਰਾ ਚੈਨਲ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰੋ ਜੀ ਅਤੇ ਲਓ ਜੀ ਚੱਲ ਰਿਹਾ ਖੇਤੀਬਾੜੀ ਦੇ ਕੰਮ ਖੇਤਾਂ ਵਿੱਚ ਘੁੰਮ ਰਹੇ ਆ ਆਹ ਦੇਖੋ ਪਿੱਛੇ ਆਪਣੇ ਖੇਤ ਅਤੇ ਜੇ ਥੋੜ੍ਹਾ ਜਿਹਾ ਕੈਮਰਾ ਮੈਂ ਜ਼ਿਆਦਾ ਘੁੰਮਾ ਲਿਆ ਫੋਨ ਤਾਂ ਸਾਹਮਣੇ ਸੂਰਜ ਆ ਜਾਣਾ ਜਿਹੜਾ ਫੋਕਸ ਆ ਉਹ ਘੱਟ ਜਾਣਾ ਕਿਉਂਕਿ ਤੁਹਾਨੂੰ ਪਤਾ ਆਈਫੋਨ ਆ ਜਿਹੜੇ ਉਹ ਤਾਂ ਸਹੀ ਬਣਾ ਦਿੰਦੇ ਵੀਡੀਓ ਅਤੇ ਆਪਣੇ ਕੋਲ ਵਨ ਪਲੱਸ ਆ ਫੋਨ ਇਹ ਵੀ ਆਈਫੋਨ 'ਤੇ ਘੱਟ ਨਹੀਂ ਪਰ ਇਹਦਾ ਫੋਕਸ ਆ ਥੋੜ੍ਹਾ ਜਿਹੜਾ ਘੱਟ ਜਾਂਦਾ ਜ਼ਿਆਦਾ ਜੇ ਆਪਾਂ ਕੈਮਰਾ ਸੂਰਜ ਕਿੰਨੀ ਨੂੰ ਕਰੀਏ ਤਾਂ ਮੇਰਾ ਫੇਸ ਕੱਟ ਦੇਣਾ ਜਾਂ ਨੇ ਖੇਤ ਦੇਖਣ 'ਤੇ ਹਟਾ ਦੇਣਾ ਚਲੋ ਜੀ ਖੇਤਾਂ ਵਿੱਚ ਮੋਟਰ ਪਰ ਪਿੰਡ ਵਾਲੀ ਪਰ ਘੁੰਮ ਰਹੇ ਆ ਅਤੇ ਹੁਣ ਰਾਜੂ ਬਾਈ ਨਾਲ ਰੋਟਾਵੇਟਰ ਪਾ ਕੇ ਲਿਆਉਣਾ ਉੱਧਰ ਅਤੇ ਉਹਨਾਂ ਵੀ ਰੋਟਾਵੇਟਰ ਟੈਸਟ ਡਰਾਈਵ ਕਰਨਾ ਜਿਹੜਾ ਨਵਾਂ 9 ਫੁੱਟ ਅਤੇ ਚਲੋ ਟੈਸਟ ਕਿਆ ਕਰਨਾ ਚੱਲ ਪੈਣਾ ਆਹੀ ਆ ਵੀ ਥੋੜ੍ਹਾ ਜਿਹਾ ਛੋਟੇ ਗੇਅਰ ਦੇ ਵੀ ਚੱਲੂੰਗਾ ਚਲੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਚੱਲਦੇ ਆ ਅਤੇ ਬਾਈ ਉੱਧਰ ਟਰੈਕਟਰ ਲੈ ਕੇ ਵੀ ਪਹੁੰਚ ਗਿਆ ਹੋਣਾ ਅਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲਓ ਜੀ ਰਾਜੂ ਬਾਈ ਨਾਲ ਪਵਾਇਆ ਰੋਟਾਵੇਟਰ ਅਤੇ ਅੱਜ ਮੈਨੂੰ ਲੱਗਦੀ ਉਦਘਾਟਨ ਹੋ ਰਿਹਾ ਮਿਲੋ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਉਦਘਾਟਨ ਲੱਗੇ ਅੱਜ ਦੇਖਣ ਪਾ ਕੇ 9 ਫੁੱਟਾਂ ਵੀ ਕਿਆ ਕਰਦਾ ਹਾਂ ਹੁਣ ਤਾਂ ਪਤਾ ਤਾਂ ਲੱਗ ਜੂਗਾ ਨਹੀਂ ਜੇ ਫਿਰ ਨਾ ਚੱਲਿਆ ਫਿਰ ਇੱਧਰ ਨੂੰ ਨਾ ਦੇਖੀਏ ਨਾ ਫਿਰ ਉਹੀ 7 ਫੁੱਟ ਉਹ ਖੜਾ ਮੋਟਰ ਪੁਰਾਣਾ ਉੱਥੇ ਆ ਜਾਣਾ ਸੀ ਮੁੜ ਕੇ ਠੀਕ ਹੈ ਜੇ ਚੱਲ ਗਿਆ ਫਿਰ ਆਪਾਂ ਠੀਕ ਹੈ ਵੈਸੇ ਮੈਂ ਤੈਨੂੰ ਦੱਸਾਂ 100% ਚੱਲ ਪੈਣਾ ਨਹੀਂ ਆਪਾਂ ਨੇ ਬਹੁਤ ਡੂੰਘੇ ਵਾਲਾ ਕੰਮ ਨਹੀਂ ਇੱਕ ਤਾਂ ਹੋਵੇ ਅਸੀਂ ਤੱਪੜ ਪੱਟਣਾ ਅਸੀਂ ਤੱਪੜ ਵੀ ਨਹੀਂ ਪੱਟਣਾ ਇਹਦੇ ਕਰਕੇ ਫਾੜਾਂਗੇ ਬਾਹੇ ਬੂਹੇ ਨੂੰ ਇਹਦਾ ਬਾਨਾ ਬੁੱਢਾ ਬਰੀਕ ਕਰਨੇ ਵਾਲਾ ਕੰਮ ਹੈ ਬਸ ਵੀ ਬਰੀਕ ਕਰ ਲੈਣਾ ਜਿਹੜਾ ਕਣਕ ਕੁਣਕ ਬੀਜਣੀ ਜ਼ਿਆਦਾ ਚਰੀ ਚੁਰੀ ਬੀਜਣੀ ਪੈ ਗਈ ਇਹੋ ਜਿਹੇ ਕੰਮ ਵਾਸਤੇ ਚੱਲ ਪੈਣਾ ਥੋੜ੍ਹਾ ਉੱਪਰ ਰੱਖ 'ਚ ਲੈ ਲਉਂਗੇ ਦੱਸਿਆ ਵਾ ਥੱਲੇ ਅੱਗੇ ਰੁਕ ਜ਼ਿਆਦਾ ਆਪਾਂ ਚਲਾਉਂਦੇ ਪਰ ਉਹ ਤਾਂ ਕੋਈ ਚੱਕਰ ਨਹੀਂ ਭਲਾ ਵੀ ਠੀਕ ਹੈ ਬਾਕੀ ਦੇਖਦੇ ਆ ਇਹਦੇ ਥੋੜ੍ਹੇ ਜਿਹੇ ਗੇੜੇ ਵੱਧ ਹੈ ਰੋਟਾਵੇਟਰ ਦੇ ਗੇੜੇ ਵੱਧ ਬਣੇ ਵੀ ਕਰਾਰੇ ਜਿਹੜਾ ਹਾਰਵੀਰ ਵਾਲਾ ਕੰਮ ਲੋਡ ਲੈਂਦਾ ਤਾ ਉਹ ਤਾਂ ਹੀ ਲੈਂਦਾ ਤਾ ਵੀ ਗੇੜੇ ਜ਼ਿਆਦਾ ਅਤੇ ਮਲਾਈ ਜਿਹੜੀ ਦੱਸਦੀ ਤੀ ਉਹਦੇ ਕਰਕੇ ਟਰੈਕਟਰ ਦੱਬਦਾ ਜੇ ਗੇੜੇ ਹਿਸਾਬ ਦੇ ਹੁਣ ਰੋਟਾਵੇਟਰ ਨਾ ਪਿਛਲੇ ਟਰੈਕਟਰ ਮਿਲੇ ਹੋਣ ਫਿਰ ਟਰੈਕਟਰ ਘੱਟ ਦੱਬਦਾ ਮੈਂ ਹੁਣ ਵਿੱਚ ਤਾਂ ਕੋਈ ਗਰਾਰੀ ਚੇਂਜ ਕਰਨੀ ਪਊਗੀ ਪਿੱਛੇ ਦੇ ਗਰਾਰੀ ਚੇਂਜ ਹੋ ਜਾਂਦੀ ਹੈ ਮੈਨੂੰ ਬਾਈ ਨੇ ਕਹਿੰਦਾ ਵੀਡੀਓ ਭੇਜੀ ਦੀ ਵੀ ਇੱਥੇ ਦੇ ਗਰਾਰੀ ਆ ਬਦਲ ਕੇ ਇਹਦੀ ਹੋ ਜਾਵੇ ਇਹਦੇ ਗੇੜੇ ਵੱਧ ਹੈ ਮਲਾਈ ਜ਼ਿਆਦਾ ਕਰਦਾ ਤਾਂ ਕਰਕੇ ਲੋਡ ਲੈਂਦਾ ਅੱਛਾ ਮੇਰੇ ਟਰੈਕਟਰ ਦੇ ਉਹਦੇ ਅਰਜਨ ਨਾਲ ਦੇ ਵੀ ਗੇੜੇ ਜ਼ਿਆਦਾ ਵਾਹ ਜੀ ਵਾਹ ਫਿਰ ਤਾਂ ਹੁਣ ਦੇਖੀ ਪਿੱਛੇ ਪਾਉਂਦਾ ਖੌਰੂ ਪਿੱਛੇ ਤਾਂ ਖੌਰੂ ਪਾ ਦੂਗਾ ਫਿਰ ਇਹ ਤੁਰਨਾ ਨਹੀਂ ਨਾ ਗੇੜੇ ਜਿੰਨੇ ਮਲਾਈ ਇਹਦਾ ਤੋਰਾ ਵੀ ਘੱਟ ਨਾ ਉਹਦੇ ਨਾਲ ਤੇ ਵੱਡੇ ਟਾਇਰਾਂ ਨਾਲ ਤੇ ਬਾਕੀ ਦੇਖਦੇ ਆ ਉਹ ਤਾਂ ਦੂਏ ਨੂੰ ਗਰਵਾਜ ਵਾਲੇ ਤਾਂ ਬਾਅਦ ਤੀਏ ਵਿੱਚ ਵੀ ਨਹੀਂ ਸਿਆਣਾ ਹੈਗਾ ਹੁਣ ਮੈਨੂੰ ਇਹ ਲੱਗਦਾ ਵੀ ਜੇ ਪਹਿਲੇ ਜੇ ਤੁਰ ਪਵੇ ਨਹੀਂ ਨਹੀਂ ਚੱਲ ਤੁਰ ਪਵੇ ਚੱਲ ਵੀ ਦੇਖਦੇ ਆ ਹੁਣ ਸ਼ਾਫਟ ਲਿਆਇਆ ਨਾਲ ਹੈ ਸ਼ਾਫਟ ਲਿਆਉਂਦੇ ਸ਼ਾਫਟ ਖੇਤ 'ਚ ਪਾਉਂਗੇ ਚੱਲ ਚੱਲ ਪਾਉਂਗੇ ਲਓ ਬਾਈ ਚੱਲ ਪਿਆ ਕੰਮ ਚੱਕ ਹੋ ਗਈ ਲਿਫਟ ਹੌਲੀ ਹੌਲੀ ਬਾਈ ਹੌਲੀ ਚੱਲ 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 ਚੱਕ ਲਾ ਉੱਚਾ ਚੱਕ ਲਾ ਉੱਚਾ ਹਾਂ ਬਸ ਲਓ ਜੀ ਪੂਰਾ ਪੂਰਾ ਲੰਘਦਾ ਗਲੀ 'ਚ ਨੂੰ ਅਤੇ ਪਤਾ ਲੱਗ ਜਾਣਾ 5-4 ਗੇਲਾਂ ਕੱਢੇ ਤੇ ਇੱਧਰ 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 ਐਂ ਨੂੰ ਕਰ ਲਾ ਮਾੜਾ ਜਿਹਾ ਇੱਧਰ ਬਸ ਚਲੋ ਬਾਕੀ ਖੇਤ 'ਚ ਜਾ ਕੇ ਮਿਲਦੇ ਆ ਪਹੁੰਚ ਗਿਆ ਖੇਤ 'ਚ ਟਰੈਕਟਰ
शावट पै चुकी है रोटावेटर नूं, धिंदे ने पाती ते हसवीर भी घूम रहा बिचे। चलो ये आ लो चैक हो रहा काम, ते ए खेत दे विच करना कहिंदे चैक। आ लो मोटर दे नज़ारे, मूरा कर दी। चल पता क्या गल है, बाहे बच्चे डूंगा वा भी लगे वा, तुंदे पूरा डूंगा लगे वा हसवीर ठीक है। ला भाई सियाण का नहीं हैगा यही जी, तो नहीं गल जानी थानू पता बड़े रोटावेटर करके फर्क तो पैना। लो जी इधर पनीरी भी मार दी ठाठा, ते इधर मिलो अंकल नूं, देखियो केड़ा समान लेके पहुंच गए। बाजी जरूरी है थोड़ा जा एक रीजेंट है 3 किलो। अच्छा तेरे हुन जानी जल्दी ते जल्दी कह देना इनू भी हो तैयार है। हां जी हां जी तैयार तो होई भी है पूरी, तकरीबन होई भी हो बहुत ही गेती है खराबे कर दिए फिर कहां। हां पहली तरीक दे के चलो नहीं है मांगना बस पहली है ना, फिर बाद दे विच बड्ढन दे टाइम भी सौखे रहीदा, वो भी टाइम सौखा नहीं, मंडियां जे हैरान होई जाने। हां लो जी रीजेंटर ला देनी बिच है ठीक है। लो जी जग्गा चल रहा जी, फिर पूरा काम जोर ते। हां जी आज अपने वाले खेत तैयार करने गए हैं, तिन्ने बंदे लगे हुए, मैं स्टेटस देख के आया। हां जी बंटे तने सारे गए हुए जी, चल रल मिल के जोड़ी बढ़िया इनां दी बस, हमने दा तां भाई किथे खान को ओ चल कोई भाई हरेक मेल हुंदा है 3 महीने हॉस्पिटल च रहना, वो कोई नहीं चो लिया के किथे दिया के मुंडे ने ट्रैक्टर पर बिठा लता मैं ना रखा आड़ी भी आओ तो अपन कोई नहीं है ना तुम ना मेनू सह निक दुए बगैर लेंदे नहीं लेंदे ने प्यार बना के रखे बहुत ज्यादा, जद मर्जी फोन कर ला दोए इकट्ठे ही किते कुलचा खांदे जाए जद अपना लगे रहंदे आ। प्रधान जी होया इन्होंने तो बेचारे ने बहुत ज्यादा। चलो जे वाहगुरु ने दुख करता दत्ता तो कट भी हो गया, हूँ तो आप भी राजी हो गया जगह गल कर ला मेरे ना ठीक है। कल भी गए थे डॉक्टर को मैं पूछ के आया था, कहना कोई गल नहीं है कि जी बैठे नालों नाले मान लग करो नाले जिन्नी मूवमेंट होगी बढ़िया। हाँ गल नहीं कहना उठे करो सही गल,
लो जी खाना रल के हो गया तैयार, ते पनीरी इधर जगे दी, इधर मेरी पनीरी थी लेट 5-7 दिन नहीं जी, तो 5-6 दिन लेट है जी मेरी। अच्छा हाँ, पर मैं कर थोड़े बराबर देनी है। होगी बस इनू क्या लगता है, ते बहुत ही मल्ली होगी थोड़ी खेत चो। मेरी पनीरी थोड़े वाली पनीरी नाल परछावां जे लई जांदी है। झोटा ला के कहिंदे मैं तां डर गया, तूं कहिंदा सकदा हो गया महा। कोई गल नहीं जी, चलण दे। लो जी इधर अपने वाली पनीरी करो चेक, आले दुआले स्प्रे करती थी अपने कख दी। चल पे इधर अंकल भी बाहर बाहर तो गए होना, बिच तो बढ़ नहीं होना जी। लो हलो है, पानी कितने सुकन देना हूं, तो जद भी आना मोटर पर जद भर दे करनी। अज तो और बस जो फिर कट्ठिया ही सारिया ही भरती हाँ, यही थोड़ो भरी फिर तो सारिया के बराबर चलिया काम, फिर नक्का तो एक है सारिया कि आए हैं भी अलग अलग है। पनीरी बहुत वधिया हुई जी, जिकना मीह पै गया तपर है ना। हाँ एक होर देख लो कख नहीं है, नॉमनी गोल्ड। हाँ जी, सही गल। लो जी